ਕੈਨੇਡਾ ਨੂੰ ਲੈ ਕੇ ਜਿਹੜੇ ਰਿਫਿਊਜ਼ਡ ਪ੍ਰੋਫਾਈਲਸ ਨੇ ਉਹਨਾਂ ਦੇ ਵੀ ਸਵਾਲ ਨੇ ਸਾਡੇ ਕੋਲ ਕਿ ਕੀ ਐਵੇਂ ਤਾਂ ਨਹੀਂ ਹੈ ਕਿ ਹੁਣ ਐਸਡੀਐਸ ਦੇ ਵਿੱਚ ਜੜੀਆਂ ਚੰਗੀਆਂ ਪ੍ਰੋਫਾਈਲਸ ਨੇ ਉਹਨਾਂ ਨੂੰ ਲਿਆ ਜਾਏਗਾ ਤੇ ਆਉਣ ਵਾਲੇ ਸਮੇਂ ਵਿੱਚ ਰਿਫਿਊਜ਼ਲ ਕੇਸੇਸ ਵਾਲੇ ਜਿਹੜੇ ਸਟੂਡੈਂਟਸ ਆਈ ਰਿਫਿਊਜ਼ਡ ਪ੍ਰੋਫਾਈਲਸ ਆ ਉਹਨਾਂ ਤੇ ਵੀਜ਼ਾ ਨਹੀਂ ਲੱਗਣਗੇ ਇਹੀ ਕਲੈਰਿਟੀ ਵੀ ਤੁਹਾਨੂੰ ਦਾਂਗੇ ਨਾਲ ਦੀ ਨਾਲ ਕੈਨੇਡਾ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਕੁਐਸ਼ਨਸ ਬਹੁਤ ਜ਼ਿਆਦਾ ਵਧ ਰਹੇ ਨੇ ਕਿ ਜੋ ਹੁਣ ਰੂਲਸ ਚੇਂਜ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਉਸ ਤੋਂ ਬਾਅਦ ਸਪਾਊਸ ਵੀਜ਼ਾ ਦਾ ਪ੍ਰੋਸੈਸ ਕੈਨੇਡਾ ਲਈ ਕਿੰਨਾ ਕੋ ਇਜ਼ੀ ਮੰਨ ਸਕਦੇ ਹਾਂ ਅਸੀਂ ਕਿਉਂਕਿ ਪਿੱਛੇ ਜੇ ਅਸੀਂ ਸਾਰੇ ਜਾਣਦੇ ਆ ਕਿ ਇੱਕ ਗੱਲ ਜ਼ਰੂਰ ਮਾਰਕੀਟ ਵਿੱਚ ਸੁਣਨ ਨੀਂ ਜਾਂ ਦੇਖਣ ਨੂੰ ਮਿਲ ਰਹੀ ਸੀ ਕਿ ਸਪਾਊਸ ਵੀਜ਼ਾ ਇਹਨਾਂ ਸੌਖਾ ਪ੍ਰੋਸੈਸ ਨਹੀਂ ਮੰਨਿਆ ਜਾ ਰਿਹਾ ਸੀ ਕੈਨੇਡਾ ਦੇ ਲਈ ਤੇ ਅੱਜ ਦੇ ਸਮੇਂ ਵਿੱਚ ਹੁਣ ਕੁਐਰੀਜ਼ ਬਹੁਤ ਜ਼ਿਆਦਾ ਨੇ ਸੋ ਉਸ ਨੂੰ ਲੈ ਕੇ ਵੀ ਤੁਹਾਨੂੰ ਦੱਸਾਂਗੇ ਰਾਈਟ ਪ੍ਰੋਸੈਸ ਕੈਨੇਡਾ ਸਪਾਊਸ ਵੀਜ਼ਾ ਲਈ ਔਰ ਜਿਹੜੇ ਜਨਵਰੀ ਇਨਟੇਕ ਦੀ ਗੱਲ ਕਰੀਏ ਕਿੰਨਾ ਕੁ ਸਮਾਂ ਹੋਰ ਬਚਿਆ ਤੇ ਸਟੂਡੈਂਟਸ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਰਾਈਟ ਪ੍ਰੋਸੈਸ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਜ਼ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਸੋ ਮੈਮ ਸਭ ਤੋਂ ਪਹਿਲਾਂ ਜੇ ਆਪਾਂ ਪਹਿਲਾਂ ਰਿਫਿਊਜ਼ਡ ਪ੍ਰੋਫਾਈਲ ਦੀ ਗੱਲ ਕਰ ਲੈਨੇ ਆ ਕਿਵੇਂ ਅੱਜ ਜਿਹੜੇ ਆਪਾਂ ਹੁਣ ਦੇ ਸਮੇਂ ਦੇ ਵਿੱਚ ਵੀ ਰਿਜ਼ਲਟਸ ਦੇਖ ਰਹੇ ਆ ਉਹਦੇ ਵਿੱਚ ਕਿੰਨੀਆਂ ਕੁ ਰਿਫਿਊਜ਼ਡ ਪ੍ਰੋਫਾਈਲਸ ਦੇ ਵੀ ਵੀਜ਼ਾ ਲੱਗਦੇ ਦੇਖ ਰਹੇ ਆ ਕਿਉਂਕਿ ਸਟੂਡੈਂਟਸ ਨੇ ਹੁਣ ਸਾਡੇ ਕੋਲ ਸਵਾਲ ਆਣੇ ਸ਼ੁਰੂ ਹੋ ਚੁੱਕੇ ਨੇ ਕਿ ਕਿਤੇ ਹੁਣ ਜਿਵੇਂ ਜਿਵੇਂ ਚੇਂਜਸ ਹੋ ਰਹੇ ਨੇ ਕਿਤੇ ਕੈਨੇਡਾ ਰਿਫਿਊਜ਼ਡ ਪ੍ਰੋਫਾਈਲ ਨੂੰ ਲੈਣਾ ਬੰਦ ਤਾਂ ਨਹੀਂ ਕਰ ਦੇਗਾ ਹਰ ਜੋ ਕਦੀ ਵੀ ਕੈਨੇਡਾ ਰਿਫਿਊਜ਼ਡ ਪ੍ਰੋਫਾਈਲ ਨੂੰ ਲੈਣਾ ਬੰਦ ਨਹੀਂ ਕਰੇਗਾ ਜੇ ਅੰਟੀਲ ਆ ਰਨ ਲੈਸ ਉਹਦੇ ਉੱਪਰ ਬੈਨ ਲੱਗ ਗਿਆ ਹੋਇਆ ਜੀ ਕਿਉਂਕਿ ਜੇ ਫੇਕ ਡਾਕੂਮੈਂਟਸ ਦਾ ਕੋਈ ਬੈਨ ਲੱਗਿਆ ਹੋਇਆ ਫਿਰ ਉਹ ਤਾਂ ਨੇਚਰਲ ਆ ਤੁਸੀਂ 5 ਸਾਲ ਦਾ ਬੈਨ ਆ ਤਾਂ ਤੁਸੀਂ ਨਹੀਂ ਅਪਲਾਈ ਕਰ ਸਕਦੇ ਈਵਨ ਬੈਨ ਵੀ ਮੈਂ ਹਟਵਾਇਆ ਉਹ ਜਾਂ ਵੀ ਮਤਲਬ ਸਾਨੂੰ ਕਰਨਾ ਪੈਂਦਾ ਕਿ ਸਮਝਾਣਾ ਪੈਂਦਾ ਹੈ ਵੀਜ਼ਾ ਆਫੀਸਰ ਨੂੰ ਕਿ ਕਿ ਪ੍ਰੋਬਲਮ ਹੋਈ ਬੱਚੇ ਨਾਲ ਤੇ ਜਿਹੜੇ ਰਿਜੈਕਸ਼ਨ ਵੈਸੇ ਆ ਉਹ ਤੇ 101% ਜਦ ਮਰਜ਼ੀ ਲਗਾਓ 6th ਟਾਈਮ ਕਈ ਵਾਰੀ ਬੱਚੇ 5 5 6 6 ਵਾਰੀ ਖਰਾਬ ਹੋ ਕੇ ਆਏ ਆ ਦੂਸਰੀ ਜਗ੍ਹਾ ਤੋਂ ਉਹਨਾਂ ਦੇ ਅਸੀਂ ਵੀਜ਼ੇ ਲਗਵਾਏ ਆ ਔਰ 7 8 7th 8 ਟਾਈਮ ਵੀ ਬੱਚਿਆਂ ਦਾ ਵੀਜ਼ਾ ਲੱਗਿਆ ਉਹ ਚੀਜ਼ ਦੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੈ ਕੈਨੇਡੀਅਨ ਅੰਬੈਸਡਰੀ ਦੇ ਵਿੱਚ ਕਿਉਂਕਿ ਉਸ ਚੀਜ਼ ਨੂੰ ਲੈ ਕੇ ਬੜੇ ਕਲੀਅਰ ਹੈ ਕਿ ਤੁਸੀਂ ਸਰਕਮਸਟੈਂਸੀਸ ਚੇਂਜ ਕਰੋ ਸਰਕਮਸਟੈਂਸੀਸ ਕੀ ਚੇਂਜ ਹੋ ਸਕਦੇ ਆ ਤੁਸੀਂ ਆਇਲਸ ਕੋਈ ਇੰਪਰੂਵ ਕਰ ਲਿਆ ਜਾਂ ਸੇਮ ਆਇਲਸ ਤੇ ਨਾਲ ਵੀ ਅਸੀਂ ਦੁਬਾਰਾ ਵੀਜ਼ਾ ਲਗਾਤਾ ਵੀਜ਼ਾ ਆ ਗਿਆ ਕਿਉਂਕਿ ਕੋਡਸ ਹੋ ਸਕਦਾ ਹੈ ਸਿਲੈਕਸ਼ਨ ਪਿੱਛੇ ਗਲਤ ਨਹੀਂ ਹੋਏ ਜਾਂ ਉਹਦੀ ਜਿਹੜੀ ਐਸਓਪੀ ਚ ਐਕਸਪਲੇਨੇਸ਼ਨ ਨਹੀਂ ਵਧੀਆ ਗਈ ਹੋਏ ਕਿਉਂਕਿ ਉਹੀ ਫਰਸਟ ਡਾਕੂਮੈਂਟ ਹੈ ਜਿਹੜਾ ਵੀਜ਼ਾ ਆਫੀਸਰ ਦੇਖਦਾ ਹੈ ਹੁਣ ਤੁਸੀਂ ਪੁੱਛ ਰਹੇ ਹੋ ਸਪਾਊਸ ਵੀਜ਼ਾ ਵਾਸਤੇ ਬਿਲਕੁਲ ਸਪਾਊਸ ਵੀਜ਼ਾ ਜਿਹੜਾ ਸ਼ੁਰੂ ਤੋਂ ਹੀ ਇਹ ਨਾਲ ਅਪਲਾਈ ਕਰ ਸਕਦਾ ਉਹਦੇ ਵਿੱਚ ਇਹ ਹੈ ਕਿ ਬੱਚੇ ਡਰਦੇ ਆ ਕਿ ਨਾਲ ਅਪਲਾਈ ਕੀਤਾ ਤੇ ਕੱਲ ਨੂੰ ਸਾਡਾ ਖਰਾਬ ਨਾ ਹੋ ਜਾਏ ਯੂਨੀਵਰਸਿਟੀ ਲੈਵਲ ਤੇ ਸ਼ੁਰੂ ਤੋਂ ਹੀ ਸੀਗਾ ਕਿ ਤੁਸੀਂ ਨਾਲ ਅਪਲਾਈ ਕਰ ਸਕਦੇ ਹੋ ਤੇ ਸਪਾਊਸ ਵੀਜ਼ਾ ਨੂੰ ਲੈ ਕੇ ਇਹਨਾਂ ਦਾ ਕੋਈ ਬੜਾ ਰੋਲਾ ਨਹੀਂ ਹੈ ਔਰ ਸਪਾਊਸ ਵੀਜ਼ਾ ਜੇ ਡਾਕੂਮੈਂਟ ਸਾਰੇ ਸਹੀ ਹੈ ਤੇ 99% ਤੇ ਵੀਜ਼ਾ ਦਿੰਦੇ ਹੀ ਦਿੰਦੇ ਆ ਜੀ ਜੀ ਬਿਲਕੁਲ ਸੋ ਮੈਨੂੰ ਪੂਰੀ ਉਮੀਦ ਹੈ ਜੀ ਜਿਨਨੇ ਸਟੂਡੈਂਟਸ 스ਪਾਊਸ ਵੀਜ਼ਾ ਨੂੰ ਲੈ ਕੇ ਸਵਾਲ ਕਰ ਰਹੇ ਸੀ ਉਹਨਾਂ ਨੂੰ ਰਾਈਟ ਆਨਸਰ ਮਿਲ ਗਿਆ ਪਰ ਨਾਲ ਦੀ ਨਾਲ ਮੈਂ ਵੀਡੀਓ ਦੇ ਦੌਰਾਨ ਹੀ ਕਹਿਣਾ ਚਾਹੂੰਗੀ ਤੁਹਾਡਾ ਆਪਣਾ ਕੋਈ ਡਾਊਟ ਹੈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ 스ਪਾਊਸ ਵੀਜ਼ਾ ਲਈ ਵੀ ਤਾਂ ਜ਼ਰੂਰ ਇਸ ਨੰਬਰ ਤੇ ਵੀ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਮੈਮ ਆਪਾਂ ਰਿਫਿਊਜ਼ ਕੇਸਿਸ ਇਕੁਅਲ ਫਰਤੋ ਜਿੱਕਰ ਗੱਲ ਕਰੀਏ ਜਦੋਂ ਕਿਸੇ ਰਿਫਿਊਜ਼ਡ ਪ੍ਰੋਫਾਈਲ ਦੇ ਉੱਪਰ ਕੰਮ ਕਰਨਾ ਹੁੰਦਾ ਹੈ ਤਾਂ ਕਿਹੜੀ-ਕਿਹੜੀ ਗੱਲਾਂ ਤੇ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਖਾਸ ਤੌਰ ਤੇ ਫੋਕਸ ਕੀਤਾ ਜਾਂਦਾ ਹੈ ਤਾਂ ਕਿ ਉਸ ਪ੍ਰੋਫਾਈਲ ਅ ਵੀਕ ਪ੍ਰੋਫਾਈਲ ਤੋਂ ਇੱਕ ਗੁੱਡ ਪ੍ਰੋਫਾਈਲ ਜਾਂ ਬੈਸਟ ਪ੍ਰੋਫਾਈਲ ਬਣਾਈਏ ਤੇ ਉਸ ਉੱਪਰ ਵੀਜ਼ਾ ਲਿਆਂਦਾ ਜਾਵੇ। ਦੇਖੋ ਮੈਂ ਤੁਹਾਨੂੰ ਇੱਕ ਬੱਚੇ ਦਾ ਨਾਮ ਦੱਸੂਗੀ ਖੰਨਾ ਦੇ ਐ ਆਕ੍ਰਿਤੀ ਕਲਿਆਣ। ਠੀਕ ਹੈ ਉਹ ਸਟੂਡੈਂਟ ਦੇ ਤਿੰਨ ਰਿਫਿਊਜ਼ਲ ਸੀਗੇ। ਸਾਡੇ ਕੋਲ ਜਦ ਆਏ 4 ਟਾਈਮ ਬੜਾ ਹੀ ਹਤਾਸ਼ ਹੋ ਕੇ ਜਦ ਤਿੰਨ ਰਿਫਿਊਜ਼ਲ ਹੋ ਜਾਂਦੇ ਬੰਦਾ ਉਮੀਦ ਛੱਡ ਦਿੰਦਾ ਹੈ। ਬਿਲਕੁਲ। ਅਸੀਂ ਦੇਖਿਆ ਗਿਆ ਦੇਖਿਆ ਜਿਹੜਾ ਉਹਦੀ ਕੋਰਟ ਦੀ ਚੋਣ ਸੀ ਉਹ ਗਲਤ ਸੀਗੀ। ਰਾਈਟ? ਉਹਦੇ ਜਿਹੜਾ ਉਹਨੇ ਡਾਕੂਮੈਂਟਸ ਕੁਝ ਜਿਹੜੇ ਲਗਾਏ ਸੀਗੇ ਉਹਦੇ ਕੁਝ ਮਤਲਬ ਜਿੱਦਾਂ ਐਕਸਪੀਰੀਅੰਸ ਲਿਆ ਐ ਏਮਪਲਾਇਰ ਤੋਂ ਉਹਦੀ ਵਰਡਿੰਗ ਗਲਤ ਸੀਗੀ ਠੀਕ ਹੈ ਉਹੀ ਸੇਮ ਹੀ ਐਕਸਪੀਰੀਅੰਸ ਤੁਸੀਂ ਚੇਂਜ ਕੁਝ ਨਹੀਂ ਕਰ ਸਕਦੇ ਜਿਹੜੇ ਪਹਿਲੇ ਡਾਕੂਮੈਂਟ ਲਗਾਤੇ ਕਿਉਂਕਿ ਅੰਬੈਸੀ ਦੇ ਵਿੱਚ ਉਹ ਡਾਕੂਮੈਂਟ ਜਾ ਚੁੱਕੇ ਆ ਤੁਸੀਂ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਤੁਸੀਂ ਵੀਜ਼ਾ ਅਫਸਰ ਨੂੰ ਸਮਝਾ ਸਕਦੇ ਹੋ ਠੀਕ ਹੈ ਉਹਦੇ ਵਿੱਚ ਅਸੀਂ ਕੀ ਜਿਹੜਾ ਕੋਰਸ ਸਹੀ ਕੋਰਸ ਲੈਤਾ ਉਹਦੇ ਕੁਝ ਵਰਡਿੰਗ ਚੇਂਜ ਕਰਤੇ ਉਹ ਬੱਚੀ ਸੇਂਟ ਲੌਰੈਂਸ ਕਾਲਜ ਜਤ ਕੀ ਸਰਕਾਰੀ ਕਾਲਜ ਉਹਦੇ ਵਿੱਚ ਗਈ ਹੈ ਔਰ 4 ਟਾਈਮ ਹੋਤਾ ਵੀਜ਼ਾ ਲਗਵਾਇਆ ਹੈ ਉਹਦੇ ਰੈਫਰੈਂਸ ਤੋਂ ਇੱਕ ਬੱਚਾ ਵਿਸ਼ਾਲ ਆਇਆ ਜਿਹਦੇ 5 ਵਾਰੀ ਰਿਜੈਕਸ਼ਨ ਸੀਗੇ ਉਹ ਵੀ ਬਿਲਕੁਲ ਖਤਾਸ਼ ਹੋ ਕੇ ਆਏ ਸੀਗੇ ਇਹ ਸਾਰੀ ਹੋਣ ਦੀ ਗੱਲਾਂ ਪਿਛਲੇ 2 ਮਹੀਨੇ ਦੀਆਂ ਹੈ ਤਫੀਰ ਉਹਨੂੰ ਵੀ ਅਸੀਂ ਕੋਰਸ ਸਿਲੈਕਸ਼ਨ ਠੀਕ ਨਹੀਂ ਸੀਗੀ ਉਹੀ ਅੰਬੈਸੀ ਨੂੰ ਸਮਝਾ ਕੇ ਉਹਦਾ ਵੀਜ਼ਾ ਲਗਵਾਇਆ ਇਦਾਂ ਬਹੁਤ ਸਾਰੇ ਕੇਸਿਸ ਐ ਜਿਹੜੇ ਕਿ ਅਸੀਂ ਟਾਈਮ ਟੂ ਟਾਈਮ ਕਰਦੇ ਆ ਜਿਹੜੇ ਬੱਚੇ ਬਿਲਕੁਲ ਹਤਾਸ਼ ਹੋ ਕੇ ਫਿਰ ਉਹਨਾਂ ਨੂੰ ਉਹਨਾਂ ਦੇ ਰਿਲੇਟਿਵਸ ਗਾਈਡ ਕਰਦੇ ਆ ਕਿ ਵੀਨਾ ਮੈਡਮ ਕੋਲ ਚਲੇ ਜਾਓ ਉਹੀ ਦੇਖਣਗੇ ਠੀਕ ਹੈ ਮੈਂ ਕਹਿੰਨੀ ਹਾਂ ਤੁਸੀਂ ਸਾਡੇ ਕੋਲ ਫਸਟ ਟਾਈਮ ਹੀ ਆ ਜਾਓ ਕਿ ਸਾਨੂੰ ਇੰਨਾ ਉਨਾ ਕਰਨਾ ਪਏ ਮਿਹਨਤ ਨਾ ਕਰਨੀ ਪਏ ਕਿਉਂਕਿ ਜਦ ਰਿਜੈਕਸ਼ਨ ਲੈ ਕੇ ਆਉਂਦੇ ਉਹ ਤਾਂ ਸਾਡੀ ਮਿਹਨ ਜਿਹੜੀ 3 4 ਟਾਈਮਸ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਸੋ ਚਲੋ ਇੱਕ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜੇ ਸਟੂਡੈਂਟਸ ਹਤਾਸ਼ ਹੋ ਚੁੱਕੇ ਨੇ ਵਾਕਈ ਕਈ ਵਾਰੀ ਸਟੂਡੈਂਟ ਐਨੀ ਵਾਰ ਰਿਫਿਊਜ਼ਲ ਜਦੋਂ ਦੇਖਦਾ ਤਾਂ ਆਪਣਾ ਮਨ ਹਾਰ ਜਾਂਦਾ ਤੇ ਜਿਹੜਾ ਪਲਸ 2 ਤੋਂ ਬਾਅਦ ਵਾਲਾ ਸਟੂਡੈਂਟ ਹੁੰਦਾ ਹੈ ਮਨ ਵੀ ਹਲੇ ਬਚਪਨਾ ਹੁੰਦਾ ਉਹਨਾਂ ਦੇ ਵਿੱਚ ਤੇ ਚੀਜ਼ ਜ਼ਿਆਦਾ ਹੀ ਦਿਲ ਦਿਮਾਗ ਤੇ ਲੈ ਲੈਂਦੇ ਨੇ ਤੇ ਜ਼ਰੂਰ ਸਟੂਡੈਂਟਸ ਨੂੰ ਉਮੀਦ ਨਹੀਂ ਹਾਰਨੀ ਚਾਹੀਦੀ ਸੋ ਮੈਮ ਜਿਨ੍ਹਾਂ ਦਾ 25 26 ਸਾਲਾਂ ਦਾ ਐਕਸਪੀਰੀਅੰਸ ਹੈ ਤੁਸੀਂ ਇਹਨਾਂ ਕੋ ਲਾਓ ਜ਼ਰੂਰ ਸਹੀ ਗਾਈਡੈਂਸ ਤੁਹਾਨੂੰ ਇੱਥੋਂ ਮਿਲੇਗੀ ਸਹੀ ਰਸਤਾ ਤੁਹਾਨੂੰ ਮਿਲੇਗਾ ਤੁਹਾਡੀ ਵੀਕ ਪ੍ਰੋਫਾਈਲ ਹੈ ਉਸ ਨੂੰ ਕਿਵੇਂ ਸਹੀ ਢੰਗ ਦੇ ਨਾਲ ਉਸ ਪ੍ਰੋਫਾਈਲ ਲਗਾਣੀ ਹੈ ਮੈਮ ਤੁਹਾਨੂੰ ਸਹੀ ਰਸਤਾ ਦਿਖਾਣਗੇ ਬਾਕੀ ਮੈਮ ਲਾਸਟ ਵੀਚ ਜ਼ਰੂਰ ਗੱਲ ਕਰਨਾ ਚਾਹਾਂਗੀ ਹੁਣ ਆਪਾਂ ਜਨ ਇਨਟੇਕ ਦੀ ਗੱਲ ਕਰ ਲਈਏ ਸਟੂਡੈਂਟਸ ਕਿਸ ਤਰੀਕੇ ਨਾਲ ਫੋਕਸ ਕਰਕੇ ਕਿਸ ਤਰ੍ਹਾਂ ਦੀ ਤਿਆਰੀ ਦੇ ਨਾਲ ਫਟਾਫਟ ਹਲੇ ਵੀ ਅੱਗੇ ਵਧਣ ਕਿਉਂਕਿ ਅਸੀਂ ਲਗਾਤਾਰ ਦੇਖ ਰਹੀਆਂ ਬਹੁਤ ਜ਼ਿਆਦਾ ਫਾਈਲਿੰਗ ਹੋ ਰਹੀ ਹੈ ਐਡਮਿਸ਼ਨਸ ਲਗਾਤਾਰ ਹੁੰਦੀਆਂ ਜਾ ਰਹੀਆਂ ਔਰ ਸੀਟਸ ਜਿਹੜੀਆਂ ਫੁੱਲ ਹੁੰਦੀਆਂ ਜਾ ਰਹੀਆਂ ਨੇ ਸੋ ਇਹ ਵੀ ਹੋ ਸਕਦਾ ਹੈ ਜੇ ਡੇ ਸਟੂਡੈਂਟ ਡੇਲੀ ਕਰ ਲੈਣ ਸ਼ਾਇਦ ਉਹਨਾਂ ਨੂੰ ਸੀਟ ਨਾ ਮਿਲੇ ਇਕਤੇ ਜਿਹੜੇ ਆਰਟਸ ਦੇ ਬੱਚੇ ਹਨ ਮੇਰੇ ਕੋਲ ਇੱਕ ਬੜਾ ਅੱਛਾ ਕੋਰਸ ਹੈ ਐਗਰੀਕਲਚਰ ਬੈਕਗਰਾਉਂਡ ਤੋਂ ਆਉਂਦੇ ਆ ਓਕੇ ਠੀਕ ਹੈ ਪਲੱਸ 2 ਦੇ ਬਾਅਦ ਐਗਰੀਕਲਚਰ ਡਿਪਲੋਮਾ ਹੈ ਸਾਡੇ ਕੋਲ 2 ਇਅਰਸ ਦਾ ਜਿਹਦੇ ਵਿੱਚ ਬੱਚੇ ਨੇ ਖਾਲੀ ਮਤਲਬ 6 ਮਨთ ਪੜਨਾ ਡੇਢ ਸਾਲ ਉਹਨੇ ਪੀਡ ਇੰਟਰਨਸ਼ਿਪ ਮੀਨਸ ਕੰਮ ਕਰਨਾ ਤੇ ਪੈਸਾ ਕਮਾਣਾ ਓਕੇ ਔਰ ਇਮੀਡੀਏਟ ਉਹਦੀ ਪੀਆਰ ਹੈ ਕਿਉਂਕਿ ਨੋਵਾ ਸਕੋਸ਼ੀਆ ਦੇ ਵਿੱਚ ਹੈ ਇਮੀਡੀਏਟ ਪੀਆਰ ਉਹਦੇ ਵਿੱਚ ਉਹ ਕੋਰਸ ਬਹੁਤ ਹੀ ਬਿਊਟੀਫੁਲ ਕੋਰਸ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ ਬੱਚੇ ਕਿਦਾਂ ਤਿਆਰੀ ਕਰਨ ਜਨਵਰੀ ਵਾਸਤੇ ਜਿਨ੍ਹਾਂ ਦੀ ਆਇਲਸ ਹੋ ਗਈ ਹੈ ਕਿਉਂਕਿ ਕੈਨੇਡਾ ਜਿਹੜਾ ਹੁਣ ਬਿਨਾ ਆਇਲਸ ਤੇ ਪਹਿਲੇ ਕਿਸੇ ਟਾਈਮ ਉਹ ਕੰਡੀਸ਼ਨਲ ਆਫਰ ਲੈਟਰ ਦੇ ਦਿੰਦੇ ਸੀਗੇ ਹੁਣ ਤੇ ਰਸ਼ੀ ਬੜਾ ਹੁੰਦਾ ਹੈ ਤੇ ਉਹ ਤੁਹਾਡੇ ਆਇਲਸ ਪੀਟੀ ਜਾਂ ਟੋਫਲ ਜੋ ਵੀ ਹੈ ਤੁਸੀਂ ਕੀਤਾ ਆ ਉਹਦੇ ਨਾਲ ਹੀ ਜਿਹੜੇ ਤੁਹਾਡੇ ਅਪਲੀਕੇਸ਼ਨ ਐਕਸੈਪਟ ਕਰਦੇ ਆ ਪੁਦੀਨਾਲ ਤੁਸੀਂ ਕੰਸਲਟੈਂਟ ਤੇ ਸਾਡੇ ਤੇ ਇਹ ਪ੍ਰੈਸ਼ਰ ਨਾ ਪਾਓ ਕਿ ਮੈਂ ਇਸ ਜਗ੍ਹਾ ਜਾਣਾ ਹੋ ਸਕਦਾ ਉਸ ਜਗ੍ਹਾ ਤੁਹਾਡੇ ਪ੍ਰੋਫਾਈਲ ਤੋਂ ਰਿਲੇਟਡ ਕੋਰਸ ਨਾ ਹੋਵੇ ਉਹ ਫਿਰ ਜ਼ਬਰਦਸਤੀ ਹੋਏਗੀ ਉਹ ਵੀਜ਼ਾ ਚ ਪ੍ਰੋਬਲਮ ਆ ਸਕਦੀ ਹੈ ਜਿੱਥੇ ਤੁਹਾਡਾ ਰੈਲੇਵੈਂਟ ਕੋਰਸ ਹੋਏ ਔਰ ਜਿਹੜਾ ਸਟੇਟ ਆਰਾਮ ਨਾਲ ਵੈਸੇ ਵੀ ਜੇ ਕੋਰਸ ਅੱਛਾ ਹੈ ਔਰ ਵੈਲਕਮ ਕਰ ਰਿਹਾ ਸਟੂਡੈਂਟਸ ਨੂੰ ਜਿਹੜੀ ਸਟੇਟਸ ਉਹ ਸਟੇਟ ਚ ਲਗਵਾਓ ਹੈਨਾ ਉਹਦੇ ਵਿੱਚ ਵੀਜ਼ਾ 8-10 ਸਾਲ ਤੋਂ ਮੈਂ ਮਤਲਬ ਇਹ ਗੱਲ ਮੈਨੂੰ ਕਹਿੰਦੇ 20 ਸਾਲ ਹੋ ਗਏ ਪਰ 8-10 ਸਾਲ ਪਹਿਲੇ ਬੱਚਿਆਂ ਨੂੰ ਸਮਝ ਆ ਗਈ ਸੀ ਕਿ ਮੈਂ ਜਿੱਥੇ ਭੇਜਾਂ ਬੱਚਾ ਉੱਥੇ ਹੀ ਚੱਲਿਆ ਜਾਂਦਾ ਸੀ ਔਰ ਉਹਦਾ ਵੀਜ਼ਾ ਹੋ ਗਿਆ 6-6 ਮਹੀਨੇ ਚ ਪੀਆਰ ਹੋਈ ਹੈ ਤੁਸੀਂ ਇਹ ਦੇਖੋ ਕਿ ਜਦ ਮੈਂ ਇਧਰ ਕਾ ਨਾਮ ਤੜਾ ਅੰ ਕਿਹੜੀ ਸਟੇਟ ਹੈ ਸਸਕੇਜਵਨ ਸਸਕੇਜਵਨ ਦੇ ਵਿੱਚ ਬੱਚਾ ਜੇ 1 ਸਾਲ ਦਾ ਪੀਜੀ ਡਿਪਲੋਮਾ ਕਰਦਾ ਉਹਦੇ ਅਗਲੇ 6 ਮਹੀਨੇ ਚ ਕੰਮ ਕਰਕੇ ਉਹ ਆਪਣੇ ਪੀਆਰ ਦੀ ਫਾਈਲ ਅਪਲਾਈ ਕਰ ਸਕਦਾ ਹੈ ਇੰਨੇ ਫਾਸਟ ਪੀਆਰ ਤੁਹਾਨੂੰ ਕੋਈ ਵੀ ਨਹੀਂ ਦੇ ਰਿਹਾ ਕਿਉਂਕਿ ਜੇ ਤੁਸੀਂ ਚਲੇ ਗਏ 2 ਸਾਲ ਦਾ ਪ੍ਰੋਗਰਾਮ ਲੈ ਕੇ 2 ਸਾਲ ਪੜਨਾ 2 ਸਾਲ ਦੀ ਫੀਸਾਂ ਦੇਣੀ ਆ ਉਹਦੇ ਬਾਅਦ ਤੁਸੀਂ ਜੌਬ ਲੱਗੋ ਲੱਭੋਗੇ ਪਾਰਟਿਕੂਲਰ ਨੌਕ ਦਾ ਉਹ ਜਿਹੜੀ ਮੈਨੇਜਮੈਂਟ ਲੈਵਲ ਦੀ ਜੌਬ ਹੁੰਦੀ ਆ ਨਹੀਂ ਮਿਲਦੀ ਫਿਰ ਤੁਸੀਂ ਲਾਇਰ ਨੂੰ ਪੈਸਾ ਦਿੰਦੇ ਹੋ ਫਿਰ ਤੁਸੀਂ ਅ ਦੂਜੀ ਸਟੇਟ ਚ ਤੁਸੀਂ ਸ਼ਿਫਟ ਹੁੰਦੇ ਹੋ ਤੁਹਾਡਾ ਖਰਚਾ 3 ਟਾਈਮਸ ਵਾਧ ਜਾਂਦਾ ਹੈ ਬੈਟਰ ਹੈ ਤੁਸੀਂ ਪਹਿਲੇ ਹੀ ਉਹ ਜੀ ਸਟੇਟ ਚ ਜਾਓ ਜਿਹੜੀ ਤੁਹਾਨੂੰ ਇਮੀਡੀਏਟ ਵੈਲਕਮ ਕਰ ਰਹੀ ਆ ਤੋਡਾ ਵੀਜ਼ਾ ਜਿਹੜਾ इजीली ਆ ਰਿਹਾ ਇਹਨਾਂ ਚੀਜ਼ਾਂ ਨੂੰ ਧਿਆਨ ਰੱਖੋਗੇ ਤੁਹਾਡਾ ਵੀਜ਼ੇ ਦਾ ਜਿਹੜਾ ਸੁਖਣਾ ਉਹ ਬਹੁਤ ਜਲਦੀ ਪੂਰਾ ਹੁੰਦਾ ਕਿਉਂਕਿ ਕੋਈ ਵੀ ਸਟੂਡੈਂਟ ਰਿਜੈਕਸ਼ਨ ਲੈ ਕੇ ਖੁਸ਼ ਨਹੀਂ ਆ ਜੇ ਬੜੇ ਇਨੋਸੈਂਟ ਹੁੰਦੇ ਆ ਰਿਜੈਕਸ਼ਨ ਇਹਨਾਂ ਨੂੰ ਬਹੁਤ ਮਤਲਬ ਅੰਦਰੋਂ ਦੁਖੀ ਕਰਦੀ ਹੈ ਤੇ ਵੀ ਡੋਨਟ ਵਾਂਟ ਕਿ ਤੁਹਾਡੀ ਕੋਈ ਰਿਜੈਕਸ਼ਨ ਹੋਏ ਤੁਸੀਂ ਜਿਹੜਾ ਆਪਣਾ ਕੇਸ ਹੈ ਉਹ ਬੜਾ ਕਲੀਅਰ ਕਟ ਕੰਸਲਟੈਂਟ ਦੀ ਐਡਵਾਈਸ ਨਾਲ ਹੀ ਚਲੋ ਬਿਲਕੁਲ ਸਹੀ ਹੈ ਸੋ ਜ਼ਰੂਰ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਫਿਰ ਤੋਂ ਮੈਂ ਇਹ ਕਹੂੰਗੀ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦੀ ਕਲੈਰਟੀ ਚਾਹੁੰਦੇ ਹੋ ਨੈਵੀਗੇਟਰ ਓਵਰ ਸੀਜ਼ ਨਾਲ ਟਾਈਮਲੀ ਕੰਟੈਕਟ ਕਰ ਸਕਦੇ ਹੋ ਮੈਮ ਤੋਂ ਸਹੀ ਗਾਈਡੈਂਸ ਲੈ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਇੱਕ ਵਾਰ ਫਿਰ ਤੋਂ ਸਟੂਡੈਂਟਸ ਦੇ ਵਿੱਚ ਹੋਪ ਉਮੀਦ ਵੀ ਭਰ ਦਿਓ ਜਿਹੜੇ ਰਿਫਿਊਜ਼ ਹੋ ਚੁੱਕੇ ਨੇ ਨਾਲ ਦੀ ਨਾਲ ਉਹਨਾਂ ਨੂੰ ਸਹੀ ਸਮਾਂ ਔਰ ਸਹੀ ਪ੍ਰੋਸੈਸ ਵੀ ਸਮਝਾਉਂਦੇ ਹੋ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ